ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ 13 ਅਤੇ 14 ਮਈ ਦੇ ਪੰਜਾਬ ਦੀ ਮੌਸਮ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਅਤੇ ਹੋ ਸਕੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ। ਪੰਜਾਬ ਦਾ ਮੌਸਮ 13 ਅਤੇ 14 ਮਈ ਨੂੰ ਪੰਜਾਬ ਵਿੱਚ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਧੁੱਪ ਨਿਕਲੇਗੀ। ਹਾਂ, ਕਈ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਬੱਦਲਬਾਜ਼ੀ ਬਣਨ ਦੇ ਨਾਲ ਮਾੜਾ ਮੋਟਾ ਛਰਾਟਾ ਲੱਗ ਸਕਦਾ ਹੈ, ਨਹੀਂ ਤਾਂ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਸਾਫ਼ ਰਹੇਗਾ ਅਤੇ ਥੋੜ੍ਹੀ ਜਿਹੀ ਗਰਮੀ ਵੀ ਵੱਧ ਦੇਖੀ ਜਾਵੇਗੀ ਜਿਵੇਂ ਹੀ ਲੂ ਵਾਲੀ ਸਥਿਤੀ ਬਣਦੀ ਜਾਪੇਗੀ। ਪਰ ਇਹ ਮੌਸਮ ਸਿਰਫ ਦੁਪਹਿਰ ਵੇਲੇ ਹੀ ਅਜਿਹਾ ਰਹੇਗਾ, ਸ਼ਾਮ ਨੂੰ ਫਿਰ ਮੌਸਮ ਠੰਡਾ ਹੋ ਜਾਵੇਗਾ। ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਜੇ ਕੁਝ ਵੀ ਵੱਡੇ ਪੱਧਰ 'ਤੇ ਨਹੀਂ ਦਿਖ ਰਿਹਾ। ਹਾਂ, ਹਲਕੇ ਫੁਲਕੇ ਛਰਾਟੇ ਕਿਸੇ ਥੋੜ੍ਹੇ ਬਹੁਤੇ ਖੇਤਰ ਵਿੱਚ ਲੱਗ ਸਕਦੇ ਹਨ। ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਯਾਨੀ ਕਿ ਧੂੜ ਭਰੀਆਂ ਹਨੇਰੀਆਂ ਜ਼ਰੂਰ ਚੱਲਦੀਆਂ ਰਹਿਣਗੀਆਂ, ਉਹ ਵੀ ਯਾਨੀ ਕਿ ਬਹੁਤ ਵੱਡੇ ਪੱਧਰ 'ਤੇ ਨਹੀਂ, ਹਲਕੇ ਫੁਲਕੇ ਖੇਤਰਾਂ ਵਿੱਚ ਧੂੜ ਭਰੀਆਂ ਹਨੇਰੀਆਂ ਵੀ ਚੱਲਦੀਆਂ ਰਹਿਣਗੀਆਂ। ਆਉਣ ਵਾਲੇ 2 ਦਿਨ ਮੌਸਮ ਤਕਰੀਬਨ ਸਾਫ਼ ਰਹੇਗਾ। 16 ਅਤੇ 17 ਨੂੰ ਹਲਕੀ ਬਾਰਿਸ਼ ਜਾਪ ਰਹੀ ਹੈ।